ਤੋ ਇਹ ਸਨ ਸਾਡੇ ਜੋਤੀ ਦੂਰਾ ਜੀ ਤੇ ਬੇਟੀ ਮੇਰੀ, ਤੇ ਬੜਾ ਹੀ ਅੱਛਾ ਲੱਗਾ ਤੇ ਅੱਜ ਮਿਲੇ ਆ, ਬੜੀ ਹੀ ਦੇਰ ਬਾਅਦ ਮਿਲੇ ਆ। ਤੇ ਉਹ ਸਿਆਣੇ ਕਹਿੰਦੇ ਆ ਕਿ ਕੰਮ ਕੰਮ ਨੀ ਭੁੱਲਦਾ, ਗੁਣ ਨੀ ਭੁੱਲਦਾ। ਤੇ ਇੰਨਾ ਕਹਾ ਵੀ ਬੱਚੇ ਆ, ਕੋਈ ਗੱਲ ਨਹੀਂ, ਤੇ ਬੱਚਿਆਂ ਨੂੰ ਆਪਣੇ ਆਪ ਹੀ ਸਮਝ ਆ ਗਈ। ਬੱਚਿਆਂ ਨੇ ਫੋਨ ਲਾ ਲਿਆ, ਅਸੀਂ ਆ ਗਏ, ਉਹ ਆ ਗਏ, ਅਸੀਂ ਆ ਗਏ, ਬਸ ਮਿਲ ਪਏ। ਤੇ ਨਵਾਂ ਤੁਹਾਡੇ ਅੱਗੇ ਮੈਟਰ, ਕਿਉਂਕਿ ਬੱਚੇ ਬੱਚੇ ਹੁੰਦੇ ਆ ਜੀ, ਸਿਆਣੇ ਸਿਆਣੇ ਹੁੰਦੇ। ਇੱਕ ਵਾਰੀ ਬੋਲ ਦੋ ਜਗਾਰਾ ਜਗਾਰਾ ਸੱਚੀ ਸਰਕਾਰ ਦਾ ਬੋਲ, ਸੱਚੇ ਦਰਬਾਰ ਕੀ ਜੈ। ਬੋਲ ਦੋ ਤੁਸੀਂ ਵੀ ਜੋਤੀ ਜੀ, ਬੋਲੋ ਜੀ, ਬੋਲੋ। ਬਸ ਇਹ ਤੁਹਾਡੀਆਂ ਸਾਰਿਆਂ ਦੀਆਂ ਬਲੈਸਿੰਗਸ ਆ ਤੇ ਤੁਹਾਡੇ ਸਾਰਿਆਂ ਦਾ ਇਹ ਪਿਆਰ ਆ। ਤੇ ਮੈਂ ਥੋੜ੍ਹੇ ਦਿਨ ਪਹਿਲਾਂ ਵੀ ਇਹ ਕਿਹਾ ਸੀ ਕਿ ਤੁਸੀਂ ਇੰਨੀਆਂ ਦੁਆਵਾਂ ਔਰ ਇੰਨਾ ਪਿਆਰ ਕਰਦੇ ਹੋ। ਅਸੀਂ ਕੋਈ ਵੀ ਵੀਡੀਓ ਪਾਉਂਦੇ ਤੁਸੀਂ ਹਰ ਕਮੈਂਟ ਦੇ ਵਿੱਚ ਇਹੀ ਕਹਿੰਦੇ ਇਕੱਠੇ ਹੋਵੋ। ਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਔਰ ਤੁਹਾਡਾ ਆਸ਼ੀਰਵਾਦ ਆ, ਤੇ ਜਿੰਨਾ ਤੁਸੀਂ ਪਿਆਰ ਕਰਦੇ ਹੋ ਸਾਰਾ ਤੁਹਾਡਾ ਇਹ ਪਿਆਰ ਆ। ਤੇ ਬਸ ਇੱਦਾਂ ਹੀ ਹਮੇਸ਼ਾ ਆਪਣਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰੱਖੋ, ਤੇ ਭੈਣਾਂ ਭਰਾਵਾਂ ਦਾ ਪਿਆਰ ਇੱਦਾਂ ਹੀ ਬਰਕਰਾਰ ਰਹੇ ਔਰ ਅਸੀਂ ਸਾਰੀ ਫੈਮਿਲੀ ਇੱਦਾਂ ਹੀ ਪੁਰਸਕੂਨ ਰਹੀਏ। ਤੇ ਕੁਛ ਬੰਦੇ ਇੱਦਾਂ ਦੇ ਵਿੱਚ ਆ ਜਾਂਦੇ ਆ ਕਿ ਆ ਗਏ ਸੀ, ਤੋੜ ਦਿੱਤਾ ਜਿਹਨਾਂ ਨੇ ਇੱਕ ਹੁੰਦੀ ਨਾ ਵੀ ਜਿਹੜੀ ਮਾਲਾ ਮੋਤੀਆਂ ਵਾਲੀ ਉਹ ਬਖੇਰਦੀ, ਜਿਹਦੀ ਜਿਹੜੀ ਜ਼ਿਆਦਾ ਪਾਪਾ ਕੀ ਕਹਿੰਦੇ ਨੇ ਮਾਲਾ ਸੋਹਣੀ ਹੋਵੇ, ਉਹ ਬਖੇਰ ਨੂੰ ਸਾਰੇ ਬਖੇਰ ਨੂੰ ਬਹੁਤ ਜ਼ਿਆਦਾ। ਬਿਲਕੁਲ ਸਹੀ ਗੱਲ। ਤੇ ਪਰ ਨਹੀਂ ਉਹ ਫੇਰ ਉਦਾਂ ਹੀ ਮੋਤੀ ਇਕੱਠੇ ਹੋ ਗਏ ਆ, ਲੱਭ ਗਏ ਸੀ ਗਵਾਚੇ ਲੱਭ ਗਏ, ਮੋਤੀ ਲੱਭ ਗਏ। ਸਾਹਿਲ ਬਲਾ ਸਾਹਿਲ, ਹਾਂ ਇਹ ਸਾਡਾ ਤਬਲ ਜੀ, ਇਹ ਸਾਡਾ ਭਰਾ ਹੈ। ਮੈਂ ਕੀ ਬੋਲਾਂ, ਲਾਈਵਾ ਪੋਣਾ ਲਾਈਵ ਬੋਲ ਯਾਰ, ਮੈਂ ਕੀ ਮੈਨੂੰ ਆਉਂਦਾ ਨਹੀਂ ਕੁਝ ਵੀ, ਅਸੀਂ ਦੀਵਾਨਾ ਬੋਲਦੇ ਕਿਆ ਖੁਸ਼ੀ ਚ ਮੈਂ ਨਾਲ ਜੋਤੀ ਜੀ ਦਾ ਤਬਲ। ਮੈਨੂੰ ਖੁਸ਼ੀ ਬਹੁਤ ਹੈ ਮੇਰੇ ਭੈਣ ਭਰਾ ਮਿਲ ਕੇ ਮੈਨੂੰ, ਬਸ ਇੰਨਾ ਹੀ। ਹਾਂ ਘਰ ਵੀ ਬਹੁਤ ਸੋਹਣਾ ਪਾ ਲਿਆ, ਤੇ ਥੋੜੇ ਦਿਨ ਚ ਸ਼ਿਫਟ ਹੋ ਜਾਣਾ, ਤੇ ਬਾਕੀ ਸਾਰੇ ਜਣੇ ਏਦਾਂ ਹੀ ਪਿਆਰ ਦਿੰਦੇ ਰਹੋ, ਇਕੱਠੇ ਹੀ ਆ ਸਾਰੇ। ਤੇ ਮੰਮੀ ਹੁਣੀ ਆਏ, ਡੈਡੀ ਹੁਣੀ ਆਏ, ਤੇ ਇੱਧਰ ਸਾਡੇ ਖਾਨ ਸਾਹਿਬ, ਖਾਨ ਸਾਹਿਬ ਜੋਤੀ ਨੂਰਾ, ਇੱਧਰ ਸਾਡੇ ਭਾਜੀ ਉਸਮਾਨ ਭਾਜੀ, ਹਾਏ ਹਾਏ ਬਾਪੂ ਜੀ ਸਾਡੇ ਨਾਲ, ਸਾਡਾ ਆਸ਼ੀਰਵਾਦ ਬਾਪੂ ਜੀ ਸਾਡੇ ਸਿਰ ਤੇ ਆ। ਬਥੇਰੇ ਜਾਣੇ ਆਏ ਆ, ਬਥੇਰੇ ਗਏ, ਬਥੇਰੇ ਆ ਗਏ, ਪਰ ਕਦੀ ਪਰਿਵਾਰ ਵੀ ਟੁੱਟੇ, ਕਦੀ ਨੀ ਟੁੱਟਦੇ ਹੁੰਦੇ ਪਰਿਵਾਰ। ਪਰਿਵਾਰ ਹਮੇਸ਼ਾ ਪਰਿਵਾਰ, ਜਿਹਨੂੰ ਕਿਹਾ ਹੀ ਗਿਆ ਪਰਿਵਾਰ, ਪਰਿਵਾਰ ਪਰਿਵਾਰ, ਉਹ ਪਰੇ ਵੀ ਹੋ ਜਾਣ ਤਾਂ ਵੀ ਜਦੋਂ ਵਾਪਸ ਆ ਜਾਣ ਫਿਰ ਬਣਦਾ ਪਰਿਵਾਰ। ਪੰਛੀ ਵੀ ਆਪਣਾ ਆਲਣਾ ਛੱਡ ਦਿੰਦੇ ਸ਼ਾਮ ਨੂੰ, ਵਾਪਸ ਫਿਰ ਆਪਣੇ ਆਲਣੇ 'ਚ ਜਾਂਦੇ। ਬੱਚੇ ਆ, ਕੋਈ ਗੱਲ ਨਹੀਂ, ਲਾਈਫ ਦੇ ਵਿੱਚ ਬਹੁਤ ਕੁਛ ਹੋ ਜਾਂਦਾ। ਅਤੇ ਕਹਿੰਦਾ ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਵੀ ਜਾਂਦੇ ਨੇ, ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਵੀ ਜਾਂਦੇ ਨੇ, ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਠੀਕ ਹੈ ਜੀ, ਕਹਿੰਦੇ ਨਦੀਆਂ ਤਰ ਭਾਵੇਂ ਸਮੁੰਦਰ ਤਰ, ਪਰ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਕਹਿੰਦਾ
ਬੜਾ ਅਫਸੋਸ ਸੱਜਣਾ ਤੇ ਵਿਗੜ ਗਏ ਗੈਰ ਦੇ ਆਖੇ। ਤੁਸੀਂ ਆਪ ਹੀ ਸਮਝਦਾਰ ਹੋ, ਬੜਾ ਅਫਸੋਸ ਸੱਜਣਾ ਤੇ ਵਿਗੜ ਗਏ ਗੈਰ ਦੇ ਆਖੇ। ਕਹਿੰਦਾ ਤੂੰ ਰੱਖ ਕੁਝ ਹੌਸਲਾ, ਸਫਰੀ ਕਿਸੇ ਦੇ ਮਰ ਵੀ ਜਾਂਦੇ ਨੇ। ਠੀਕ ਹੈ, ਉਹ ਵੀ ਤਾਂ ਵਿਛੜ ਜਾਂਦੇ ਜਿਹੜੇ ਮਰ ਹੀ ਜਾਂਦੇ, ਜਿਹੜੇ ਦੁਨੀਆਂ ਤੋਂ ਚੱਲ ਜਾਂਦੇ। ਇਹ ਤਾਂ ਫੇਰ ਜੀਂਦੇ ਨੇ, ਫੇਰ ਵਾਪਸ ਆ ਗਏ ਨੇ, ਮਾਂ ਪਿਓ ਦੀ ਯਾਦ ਆ ਗਈ ਆ, ਸਾਨੂੰ ਵੀ ਆਪਣੇ ਬੱਚਿਆਂ ਦੀ ਯਾਦ ਆ ਗਈ। ਇੱਕ ਦੂਜੇ ਦੇ ਮਗਰ ਲੱਗ ਕੇ ਦਿੱਤ ਤੇਰੇ ਦੀ, ਲੈ ਤੇਰੇ ਦੀ, ਤੇਰੀ ਹੈ, ਤੇਰਾ ਜੋ, ਤੇਰਾ ਫਲਾਂ ਕੀ ਆ, ਕੁਛ ਵੀ ਨਹੀਂ ਮਿਲਦਾ। ਫਿਰ ਕਹਿੰਦਾ ਕਹਿੰਦਾ ਤੂੰ ਦਿਲਾ ਕਿਉਂ ਹੌਸਲਾ ਢਾਵੇ, ਇਸ਼ਕ ਦੀ ਖੇਡ ਖੇਡੀ ਜਾ, ਵੀ ਤੂੰ ਹੌਸਲਾ ਨਾ ਢਾ, ਤੂੰ ਗਾਈ ਜਾ। ਗਾਉਣਾ ਵੀ ਇੱਕ ਖੇਡ ਹੈ, ਗਾਉਣਾ ਵੀ ਇੱਕ ਹੁਨਰ ਹੈ, ਗਾਉਣਾ ਵੀ ਇੱਕ ਫਨ ਹੈ। ਕਹਿੰਦਾ ਦਿਲਾ ਕਿਉਂ ਹੌਸਲਾ ਢਾਵੇ, ਇਸ਼ਕ ਦੀ ਖੇਡ ਖੇਡੀ ਜਾ। ਕੋਈ ਗੱਲ ਨਹੀਂ, ਮਿਲ ਪੈਣਗੇ, ਆਪਣਾ ਕੰਮ ਤਾਂ ਜਾਰੀ ਰੱਖੀਏ, ਆਪਣੇ ਗੁਣ ਨੂੰ ਵਧੀਆ ਰੱਖੀਏ। ਦਿਲਾ ਕਿਉਂ ਹੌਸਲਾ ਢਾਵੇ, ਇਸ਼ਕ ਦੀ ਖੇਡ ਖੇਡੀ ਜਾ। ਕਹਿੰਦਾ ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ, ਤਰਿੰਦੇ ਰਾਤ ਨੂੰ ਨਦੀਆਂ, ਦਿਨੇ ਕੁਝ ਡਰ ਵੀ ਜਾਂਦੇ ਨੇ। ਠੀਕ ਹੈ, ਸੋ ਇਹ ਆ ਤੇ ਬੜੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ, ਇਹ ਮਾਸੂਮ ਬੱਚੇ ਆ, ਇਹਨਾਂ ਤੋਂ ਸ਼ਰਾਰਤ ਕਰਾਏਗੀ ਹੋ ਗਈ। ਸ਼ਰਾਰਤਾਂ ਕਰਾਉਣ ਵਾਲੇ ਵੀ ਉੱਤੇ ਥੱਲੇ ਚੜੇ ਸੀ, ਉਹਨਾਂ ਨੂੰ ਹੁਣੇ ਆਪਣਾ ਲਾਲਚ ਸੀਗਾ। ਠੀਕ ਹੈ ਨਾ, ਤੇ ਲਾਲਚੀਆਂ ਦਾ ਟਾਈਮ ਕਹਿੰਦੇ ਨਾ, 100 ਦਿਨ ਚੋਰ ਦਾ, 1 ਦਿਨ ਸਾਧ ਦਾ, ਜ਼ਰੂਰ ਆਉਂਦਾ ਹੁੰਦਾ। ਇਹ ਸਿਆਣੇ ਦੀ ਕਹਾਵਤ ਆ, ਕਦੀ ਖਾਲੀ ਨਹੀਂ ਜਾਂਦੀ। 100 ਦਿਨ ਚੋਰ ਦਾ, 1 ਦਿਨ ਸਾਧ ਦਾ, ਜਦੋਂ ਸਾਧ ਦਾ ਆ ਗਿਆ ਨਾ, ਫਿਰ ਬਸ ਫਿਰ ਪਾ ਪਿੜੀਆਂ ਦਿੰਦਾ ਉਹ, ਫਿਰ ਉਹ ਜੋੜ ਕੇ ਹਟਦਾ। 100 ਦਿਨ ਚੋਰ ਦਾ, 1 ਦਿਨ ਮੇਰੇ ਬਾਪੂ ਦਾ, ਗੌਸ ਪਾਕ ਮਾਹੀ ਸ਼ਾਹ, ਉਹ ਆ ਗਿਆ, ਉਹਨੇ ਲੈਣ ਦਾ। ਠੀਕ ਹੈ ਨਾ, ਕੋਈ ਨਹੀਂ ਤੋੜਨ ਵਾਲਾ ਜੰਮਿਆ। ਜਿੰਨਾ ਚਿਰ ਬੰਦਾ ਮਰਦਾ ਨਹੀਂ ਨਾ, ਉਹਨਾਂ ਚਿਰ ਬੰਦਾ ਟੁੱਟਦਾ ਨਹੀਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।